ਕੀ ਨਾ ਤੁਹਾਡਾ ਤੁਹਾਡਾ ਤੇ ਕੀ ਖੇਡ ਕੇ ਆਏ ਹੋ ਤੁਸੀਂ? ਮੇਰਾ ਨਾਮ ਸੁਮਨ ਕੌਰ ਹੈ ਤੇ ਮੈਂ ਪਿੰਡ ਦੀ ਰਹਿਣ ਵਾਲੀ ਹਾਂ ਤੇ ਮੈਂ ਬਿਹਾਰ ਦੇ ਸਿੰਦਰ ਬੰਗਾ ਚ ਡਰੈਗਨ ਬੋਲ ਨੈਸ਼ਨਲ ਉੱਥੇ 18 18 ਸਟੇਟਾਂ ਵਿੱਚੋਂ ਸਾਡੀ ਫਰਸਟ ਪੋਜੀਸ਼ਨ ਆਈ ਹੈ 2000 ਚ ਮੇਰਾ ਗੋਲਡ ਹੈ ਸਿਲਵਰ ਹੈ ਤੇ ਗੋਲਡ ਹੈ 200 500 500 ਚ ਸਿਲਵਰ ਕਿੱਦਾਂ ਕਿੱਦਾਂ ਹੋਇਆ? ਖੁਸ਼ੀ ਹੋ ਰਹੀ ਹੈ ਪਰ ਖੁਸ਼ੀ ਹੋਈ ਕਿਉਂਕਿ ਪੰਜਾਬ ਤੋਂ ਉੱਥੇ ਸਾਰੇ ਜਾਣੇ ਪੰਜਾਬ ਨੂੰ ਵਧੀਆ ਕਹਿੰਦੇ ਵੀ ਪੰਜਾਬ ਦੇ ਵਧੀਆ ਉਹ ਹਰਿਆਣੇ ਤੋਂ ਸਾਨੂੰ ਹਰਿਆਣੇ ਤੋਂ ਥੋੜ੍ਹਾ ਹੁੰਦਾ ਸੀ ਵੀ ਉਹ ਜ਼ਿਆਦਾ ਟੀਮ ਵਧੀਆ ਹੈ ਪਰ ਹਰਿਆਣੇ ਤੋਂ ਅਸੀਂ ਮਾਰ ਮਾਰਤੀ 200 ਵਿੱਚ 200 ਚੋਂ ਗੋਲਡ ਲੈ ਲਿਆ ਪਰ ਹਰਿਆਣੇ ਨੇ 500 ਚੋਂ ਗੋਲਡ ਲੈ ਲਿਆ ਸੀ। ਬਚਪਨ ਦੀ ਪੜ੍ਹਾਈ ਕਿੱਥੋਂ ਸਟਾਰਟ ਕੀਤੀ ਤੁਸੀਂ? ਬਚਪਨ ਤੋਂ ਮੈਂ ਆਪਣੇ ਸਕੂਲ ਪਿੰਡ 'ਚ ਹੀ ਪੜ੍ਹਦੀ ਰਹੀ ਸਕੂਲ ਸਰਕਾਰੀ ਸਕੂਲ 'ਚ ਅਤੇ ਮੈਂ ਆਪਣੀ ਗੇਮ 10th 'ਚ ਸ਼ੁਰੂ ਕੀਤੀ ਸੀ ਰੈਸਲਿੰਗ। ਫਿਰ ਉਸ ਤੋਂ ਬਾਅਦ ਮੈਂ ਕੈਰੋ ਚਲ ਗਈ ਪਲੱਸ 1 2 'ਚ ਉੱਥੇ ਰੈਸਲਿੰਗ ਨਹੀਂ ਹੈਗੀ ਉਹਦੇ ਨਾਲ ਰਿਲੇਟਡ ਮੈਂ ਜੂਡੋ ਰੱਖ ਲਈ ਫਿਰ ਉਹਦੇ 'ਚੋਂ ਸਟੇਟ ਲੈਵਲ 'ਤੇ ਖੇਡਦੀ ਰਹੀ ਸਿਲਵਰ ਮੈਡਲ ਆਏ ਮੈਨੂੰ। ਫਿਰ ਉਸ ਤੋਂ ਬਾਅਦ ਮੈਂ BA 'ਚ ਐਡਮਿਸ਼ਨ ਲਈ ਉੱਥੇ ਮੇਰੇ ਵੇਟ ਵਿੱਚ ਜ਼ਿਆਦਾ ਕੁੜੀਆਂ ਹੋਣ ਕਾਰਨ ਮੈਂ ਰੋਇੰਗ ਗੇਮ ਰੱਖ ਲਈ ਉੱਥੇ ਇੰਟਰ ਕਾਲਜ ਵਿੱਚ ਮੇਰੀ ਪੁਜੀਸ਼ਨ ਪੈ ਗਈ। ਫਿਰ ਉਹ ਤੋਂ ਬਾਅਦ 2nd year 'ਚ ਹੁਣ ਮੈਂ ਇਹਦੇ ਟ੍ਰਾਇਲ ਦਿੱਤੇ ਡਰੈਗਨ ਬੋਰਡ ਦੇ ਫਿਰ ਉਹਦੇ 'ਚੋਂ ਸਿਲੈਕਟ ਹੋ ਕੇ ਹੁਣ ਮੈਡਲ ਲਿਆ ਲੈਣੇ ਹੁਣ ਤੁਹਾਡਾ ਹੁਣ ਇਸੇ ਗੇਮ ਨੂੰ ਜਾਰੀ ਰੱਖਦੇ ਹੋਏ ਜਾਂ ਰੋਇੰਗ ਨੂੰ ਜਾਰੀ ਰੱਖਦੇ ਹੋਏ ਤਾਂ ਮੈਂ ਭਰਤੀ ਹੋਣਾ ਚਾਹੁੰਦੀ ਹਾਂ ਜਾਂ ਆਰਮੀ 'ਚ। ਫੈਮਿਲੀ ਮੇਰੇ ਪਾਪਾ ਦੀ ਡੈਥ 8th class 'ਚ ਹੋ ਗਈ ਸੀ ਅਤੇ ਹੁਣ ਮੇਰੇ ਮੰਮਾ ਸਕੂਲ 'ਚ ਕੰਮ ਕਰਦੇ ਆ ਅਤੇ ਮੇਰਾ ਭਰਾ 10th 'ਚ ਪੜ੍ਹਦਾ ਹੈ। ਫਾਦਰ ਸਾਹਿਬ ਬਲੱਡ ਕੈਂਸਰ ਸੀ। ਕਿਸ ਤਰ੍ਹਾਂ ਦੱਸ ਰਿਹਾ ਸੀਗਾ ਉਸ ਟਾਈਮ ਕਿਉਂਕਿ ਘਰ 'ਚ ਸਟਰਗਲ ਸੋਰਸ ਆਫ ਇਨਕਮ ਕੀ ਹੈ ਕਮਾਈ ਦਾ ਸਾਧਨ ਕੀ ਆ? ਕਮਾਈ ਦਾ ਸਾਧਨ ਕੋਈ ਨਹੀਂ ਪੈਲੀ ਸਾਡੀ ਉਹ ਅਸੀਂ ਠੇਕ ਦੇ ਦਿੰਦੇ ਹਾਂ। ਹੁਣ 18 ਨੂੰ ਸਾਡੇ ਟਰਾਇਲ ਆ ਇਹਦੇ ਸੁਲਤਾਨਪੁਰ ਲੋਧੀ ਏਸ਼ੀਅਨ ਵਾਸਤੇ ਸਾਊਥ ਏਸ਼ੀਅਨ ਵਾਸਤੇ ਮੈਂ ਉਹਦੇ ਵਾਸਤੇ ਸਿਲੈਕਟ ਹੋਊਂਗੀ ਜਾਂ ਨਹੀਂ ਟਰਾਇਲ ਦੇਵਾਂਗੇ ਆਪਣੀ ਹਿੰਮਤ ਕਰਕੇ ਇੰਡੀਆ ਵਾਸਤੇ ਸਿਲੈਕਟ ਹੋਵਾਂਗੇ। ਬੜੀ ਵਧੀਆ ਬਾਰਡਰ ਏਰੀਆ ਹੈਗਾ ਆ ਅਤੇ ਘਰ ਦਾ ਹਾਲ ਤਾਂ ਮਾੜਾ ਹੀ ਚਲੋ ਵਧੀਆ ਕੰਮ ਕੀਤਾ ਦੇਖੀ ਬੜੀ ਖੁਸ਼ੀ ਵਾਲੀ ਗੱਲ ਹੈ ਅਤੇ ਇਹਨੂੰ ਵਧੀਆ ਨੌਕਰੀ ਕੋਈ ਮਿਲਣੀ ਚਾਹੀਦੀ ਹੈ ਅਤੇ CRP ਦੀ ਕੋਈ ਫੌਜ ਦੀ ਕੋਈ ਨੌਕਰੀ ਮਿਲੇ ਇਹਨੂੰ ਅਤੇ ਸਾਡਾ ਵੀ ਨਾਮ ਉੱਚਾ ਹੋਵੇ ਪਿੰਡਾਂ ਔਰਤਾਂ ਦਾ ਨਾਮ ਉੱਚਾ ਹੋਵੇ। ਮੇਰਾ ਨਾਮ ਕਮਲਵੀਰ ਕੌਰ ਹੈ ਅਤੇ ਇਸ ਕੁੜੀ ਮੇਰੀ ਖੇਡਾਂ ਦੇ ਵਿੱਚ ਜਾਣ ਲਈ ਸਾਨੂੰ ਬਹੁਤ ਖੁਸ਼ੀ ਹੈ ਅਤੇ ਅਸੀਂ ਇਹੋ ਕਹਿੰਦੇ ਹਾਂ ਕਿ ਸਾਡੀ ਕੁੜੀ ਨੂੰ ਕੋਈ ਸਹੂਲਤ ਦਿੱਤੀ ਜਾਵੇ ਅਤੇ ਬਹੁਤ ਜ਼ਿਆਦਾ ਮਾਣ ਸਾਡੇ ਸਾਰੇ ਟੱਬਰ ਨੂੰ ਚਾਚੀਆਂ ਤਾਈਆਂ ਨੂੰ ਪਾਇਆ ਚਾਚਿਆਂ ਨੂੰ ਹੁਣ ਜਦੋਂ ਉਹਨਾਂ ਦਾ ਪਾਪਾ ਗੁਜ਼ਰਿਆ ਉਦੋਂ ਲਈ ਖੇਡਣ ਲਈ ਜ਼ਿਆਦਾ ਮਾੜੀ ਆ ਮੈਂ ਅਸੀਂ ਸਕੂਲ 'ਚ ਕੰਮ ਕਰਕੇ ਮਤਲਬ ਇਹਨਾਂ ਨੂੰ ਖੇਡਾਂ ਕਰਵਾ ਰਹੀ ਹਾਂ ਅਤੇ ਇਸ ਕਰਕੇ